ਸਤਿ ਸ਼੍ਰੀ ਅਕਾਲ ਜੀ ਦਰਸ਼ਕਾਂ ਦਾ ਸਵਾਗਤ ਹੈ ਸਾਡੀ ਖਾਸ ਪ੍ਰੋਗਰਾਮ ਖਬਰਾਂ ਵਿੱਚੋਂ ਖਬਰ ਦੇ ਵਿੱਚ ਸੋ ਅੱਜ ਵੀ ਅਸੀਂ ਕਰਾਂਗੇ ਪੰਜਾਬ ਦੀਆਂ ਮੁੱਖ ਖਬਰਾਂ ਦੀ ਪੜਤਾਲ ਸੋ ਪੜਤਾਲ ਲਈ ਚਰਚਾ ਲਈ ਸਾਡੇ ਨਾਲ ਮੌਜੂਦ ਨੇ ਅਮਨਦੀਪ ਸਿੰਘ ਪਾਪੀ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ ਮੈਂ ਠੀਕ ਹਾਂ ਸਰ ਤੁਸੀਂ ਕਿਵੇਂ ਹੋ ਬਹੁਤ ਵਧੀਆ ਜੀ ਅੱਜ ਦੀ ਖਬਰਾਂ ਵਿੱਚੋਂ ਖਬਰ ਕੀ ਆ ਦੱਸ ਦਿਓ ਸਰ ਖਬਰਾਂ ਵਿੱਚੋਂ ਖਬਰ ਸੁਣੀ ਖਬਰ ਬੜੀ ਹੀ ਸਾਫ਼ ਫਰਜ਼ੀ ਪੁਲਿਸ ਮੁਕਾਬਲਿਆਂ ਦਾ ਹੁਣ ਹੋਵੇ ਇਨਸਾਫ਼ ਕਿੰਨੇ ਹੀ ਬੇਕਸੂਰ ਮਾਰੇ ਨੇ ਘਰਾਂ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਇਨਸਾਫ ਮਿਲੇ ਜੋ ਗਏ ਘਰਾਂ ਨੂੰ ਛੱਡ ਕੇ ਬਿਲਕੁਲ ਠੀਕ ਗੱਲ ਹੈ ਜੀ ਜਿਹੜੇ ਘਰਾਂ ਨੂੰ ਛੱਡ ਕੇ ਗਏ ਐ ਜਿਹੜੇ ਪੰਜਾਬ ਨੂੰ ਛੱਡ ਕੇ ਗਏ ਐ ਤੇ ਉਹ ਵੇਲੇ ਨੂੰ ਜਦੋਂ ਪੰਜਾਬ ਦੇ ਵਿੱਚ ਮਾੜਾ ਦੌਰ ਆਇਆ ਉਹਦੇ ਵਿੱਚ ਕਿਸੇ ਇੱਕ ਘਰ ਨੇ ਇਹ ਨਹੀਂ ਚੱਲਿਆ ਕਿਸੇ ਇੱਕ ਇਨਸਾਨ ਨੇ ਨਹੀਂ ਚੱਲਿਆ ਪੂਰੇ ਪੰਜਾਬ ਨੇ ਚੱਲਿਆ ਉਹ ਮਾੜਾ ਦੌਰ ਤੇ ਉਹ ਪੂਰੇ ਪੰਜਾਬ ਨੂੰ ਇਨਸਾਫ ਮਿਲਣਾ ਚਾਹੀਦਾ ਉਹਦਾ ਤੇ ਜਿਹੜਾ ਰੈਫਰੈਂਸ ਤੁਸੀਂ ਦੇ ਰਹੇ ਹੋ ਇਸ ਵਿੱਚ ਖਬਰਾਂ ਵਿੱਚੋਂ ਖਬਰ ਦੇ ਵਿੱਚ ਤੁਸੀਂ ਜਿਹੜੀ ਗੱਲ ਕੀਤੀ ਹੈ ਵੀ ਇੱਕ ਇਨਕਾਊਂਟਰ ਦੀ ਗੱਲ ਹੈ ਜੀ 1993 ਜਿਹੜਾ ਹੋਇਆ ਸੀ ਉਹਦੇ ਇਨਸਾਫ ਦੀ ਗੱਲ ਹੈ ਤੇ ਮੈਨੂੰ ਲੱਗਦਾ ਕਿ ਮਿਲਣਾ ਚਾਹੀਦਾ ਇਨਸਾਫ ਤੇ ਇਹੋ ਜੇ ਹੋਰ ਸੈਂਕੜੇ ਇਨਕਾਊਂਟਰ ਸੀ ਜਿਨ੍ਹਾਂ ਦਾ ਇਨਸਾਫ ਹੋਣਾ ਚਾਹੀਦਾ ਸਰ ਮੋਹਾਲੀ ਦੀ ਸਪੈਸ਼ਲ ਸੀਬੀਆਈ ਟੀਮ ਨੇ ਇਹ ਤਕਰੀਬਨ ਜਿਵੇਂ ਤੁਸੀਂ ਜ਼ਿਕਰ ਕੀਤਾ 1993 ਤਿੰਨ ਦਹਾਕੇ ਪਹਿਲਾਂ ਜਿਹੜਾ ਹੋਇਆ ਸੀ ਫਰਜ਼ੀ ਪੁਲਿਸ ਮੁਕਾਬਲਾ ਉਹਦੇ ਵਿੱਚ ਜਿਹੜੇ ਸੇਵਾਮੁਕਤ ਹੋ ਚੁੱਕੇ ਨੇ ਦੋ ਸਬ ਇੰਸਪੈਕਟਰ ਉਹਨਾਂ ਨੂੰ ਦੋਸ਼ੀ ਕਰਾਰ ਕੀਤਾ ਦੋ ਸੇਵਾਮੁਕਤ ਹੋ ਗਏ ਜੀ ਤੇ ਦੋ ਇਸ ਦੁਨੀਆ ਤੋਂ ਮੁਕਤ ਹੋਗੇ ਟ੍ਰਾਇਲ ਦੇ ਦੌਰਾਨ ਟ੍ਰਾਇਲ ਦੇ ਦੌਰਾਨ ਹੀ ਦੋ ਦੀ ਮੌਤ ਹੋ ਗਈ ਹੂੰ ਦੋ ਰਿਟਾਇਰ ਹੋ ਗਏ ਤੇ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਕੋਰਟ ਵੱਲੋਂ ਤੇ ਸਾਡੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਤੁਸੀਂ ਇਹ ਦੇਖੋਗੇ ਕਿ ਕਿੰਨਾ ਅਸੀਂ ਪਛਾਹ ਚੱਲਦੇ ਆ ਕਿ 29 ਸਾਲ ਤਕਰੀਬਨ ਤਿੰਨ ਦਹਾਕੇ ਪਹਿਲਾਂ ਤਿੰਨ ਦਹਾਕੇ ਪੀੜੀਆਂ ਬਦਲ ਜਾਂਦੀਆਂ 30 ਸਾਲ 29 ਸਾਲ ਦੇ ਵਿੱਚ ਪੀੜੀ ਬਦਲ ਜਾਂਦੀ ਹੈ ਇੱਕ ਨਵੀਂ ਪੀੜੀ ਜੰਮ ਕੇ ਤੇ ਨਵੀਂ ਨੌਜਵਾਨੀ ਹੋ ਜਾਂਦੀ ਹੈ ਨਵੇਂ ਕਮਕਾਰ ਹੋ ਜਾਂਦੇ ਨੇ ਪੂਰਾ ਪੂਰੀ ਦੁਨੀਆ ਦੇ ਵਿੱਚ ਕਿੰਨਾ ਕੁਝ ਬਦਲ ਜਾਂਦਾ ਹੈ ਤੇ ਉਹ ਅਸੀਂ 29 ਸਾਲ ਲਗਾ ਦਿੰਨੇ ਆ ਇਨਸਾਫ ਦੇ ਲਈ ਜਿਹਦੇ ਵਿੱਚ ਤਕਰੀਬਨ 7-8 ਸਾਲ ਐਫ ਆਈ ਆਰ ਦਰਜ ਹੋਣ ਨੂੰ ਲੱਗ ਜਾਂਦੇ ਆ ਹੂੰ ਫਿਰ ਇਨਕੁਆਰੀਜ਼ ਹੋਣ ਨੂੰ ਲੱਗ ਜਾਂਦੇ ਆ ਅਸੀਂ ਇੰਨਾ ਪਛਾਣ ਚੱਲਦੇ ਆ ਕਿ ਜੇ ਇੱਥੇ ਜਿਉਂਦੇ ਜੀ ਕਿਸੇ ਨੇ ਇਨਸਾਫ ਲੈਣਾ ਤਾਂ ਉਹ ਇਨਸਾਫ ਨਹੀਂ ਉਹਨੂੰ ਮਿਲਦਾ ਤੇ ਇਸ ਕੇਸ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਇੱਕ ਇਨਸਾਨ ਦੀ ਮੌਤ ਹੋਈ ਉਸ ਇਨਸਾਨ ਦੀ ਮਾਂ ਉਹ ਇਸੇ ਉਮੀਦ 'ਚ ਬੈਠੀ ਰਹੀ ਕਿ ਇਸ ਦੇਸ਼ ਦੇ ਵਿੱਚ ਇਸ ਜੁਡੀਸ਼ੀਅਲ ਸਿਸਟਮ ਨੇ ਸਾਨੂੰ ਇਨਸਾਫ ਦੇਣਾ ਤੇ ਉਹ ਇਨਸਾਫ ਦੀ ਉਡੀਕ ਕਰਦੀ ਮਰ ਗਈ ਉਹਦੇ ਮੌਤ ਦੇ 3 ਸਾਲ ਬਾਅਦ ਇਹ ਗੱਲ ਆਉਂਦੀ ਹੈ ਕਿ ਜੀ ਉਸ ਉਸ ਇਨਕਾਊਂਟਰ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਉਹ ਫੇਕ ਐਨਕਾਊਂਟਰ ਸੀ ਜੀ ਤੇ ਉਹਦੇ ਵਿੱਚ ਚਾਰ ਲੋਕਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਜਿਦੇ ਵਿੱਚੋਂ ਦੋ ਇਸ ਦੁਨੀਆ ਤੇ ਨਹੀਂ ਹੈਗੇ ਦੋ ਹੁਣ ਰਿਟਾਇਰਮੈਂਟ ਤੋਂ ਬਾਅਦ ਆਪਣੇ ਆਪਣੇ ਘਰਾਂ ਦੇ ਵਿੱਚ ਸੀ ਤੇ ਵੇਖੋ ਕਿ ਕਿੰਨੀ ਘਾਟੇ ਦੀ ਗੱਲ ਹੈ ਇਹ ਕਿ ਜੇ ਅੱਜ ਅਸੀਂ ਅੱਜ ਕਿਸੇ ਨਾਲ ਕੋਈ ਵੀ ਮਾੜੀ ਘਟਨਾ ਘਟਦੀ ਹੈ ਤੇ ਉਹਨੂੰ ਸਾਬਤ ਕਰਦਿਆਂ ਕਰਦਿਆਂ ਉਮਰ ਵੀਤ ਜਾਣੀ ਹੈ ਪਰ ਉਹ ਸਾਬਤ ਨਹੀਂ ਕਰ ਪਾਊਗਾ ਤੇ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਇਹ ਇਕਲੌਤਾ ਐਨਕਾਊਂਟਰ ਨਹੀਂ ਸੀ ਉਸ ਵੇਲੇ ਦਾ 1984 ਤੋਂ ਲੈ ਕੇ 1995 ਤੱਕ ਇਹੋ ਜੇ ਕਈ ਐਨਕਾਊਂਟਰਸ ਹੋਏ ਆ ਜੀ ਉਸ ਉਸ ਸਮੇਂ ਦੇ ਵਿੱਚ ਇੱਕ ਤਾਂ ਖਾਸ ਗੱਲ ਸੀ ਕਿ ਹਥਿਆਰਬੰਦ ਮੁਕਾਬਲੇ ਹੋਏ ਆ ਉਥੇ ਮੂਵਮੈਂਟਸ ਚੱਲੀਆਂ ਪੰਜਾਬ ਦੇ ਵਿੱਚ ਤੇ ਉਸ ਵੇਲੇ ਐਨਕਾਊਂਟਰ ਕਰ ਕਰਕੇ ਜਾਲੀ ਐਨਕਾਊਂਟਰ ਕਰ ਕਰਕੇ ਲੋਕਾਂ ਨੂੰ ਮਾਰਿਆ ਗਿਆ ਪੰਜਾਬ ਦੇ ਵਿੱਚ ਤੇ ਬਹੁਤ ਵੱਡੀ ਗਿਣਤੀ ਚ ਮਾਰਿਆ ਗਿਆ ਹੂੰ 12-15 ਸਾਲ ਦੇ ਜਵਾਕਾਂ ਨੂੰ ਵੀ ਘਰਾਂ ਚੋਂ ਚੱਕ ਲਿਆ ਗਿਆ ਜਿਹੜੇ ਵੀ ਮੁੰਡੇ ਦੇ ਸਿਰ ਤੇ ਪੱਗ ਹੁੰਦੀ ਸੀ ਉਹਨੂੰ ਚੱਕ ਲਿਆ ਜਾਂਦਾ ਸੀਗਾ ਇਹ ਅੱਜ ਵੀ ਪਿੰਡਾਂ ਦੇ ਵਿੱਚ ਦਾਦੀਆਂ ਦਾਦੇ ਆਪਦੇ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ ਆ ਲੋਕੀ ਅੱਜ ਵੀ ਪੰਜਾਬ ਦੇ ਵਿੱਚ ਆਪਦੇ ਸਰਵਾਈਵਲ ਦੀਆਂ ਕਹਾਣੀਆਂ ਸੁਣਾਉਂਦੇ ਆ ਦੱਸਦੇ ਆ ਕਿ ਅਸੀਂ ਕਿਵੇਂ ਜਿਉਂਦੇ ਰਹੇ ਜੀ ਉਸ ਸਮੇਂ ਦੇ ਵਿੱਚ ਜਦੋਂ ਮੌਤ ਲੰਗਰ ਵਾਂਗੂ ਵਰਤਾਈ ਜਾ ਰਹੀ ਸੀ ਉਸ ਸਮੇਂ ਅਸੀਂ ਕਿਵੇਂ ਬਚੇ ਆ ਇਹ ਅੱਜ ਵੀ ਬੱਚਿਆਂ ਨੂੰ ਪਤਾ ਹੈ ਹੋ ਸਕਦਾ ਹੈ ਕਿ ਅਗਲੀ ਜਨਰੇਸ਼ਨ ਨੂੰ ਨਾ ਪਤਾ ਹੋਵੇ ਪਰ ਅੱਜ ਦੀ ਜਨਰੇਸ਼ਨ ਨੇ ਉਹ ਕਹਾਣੀਆਂ ਉਹਨਾਂ ਲੋਕਾਂ ਤੋਂ ਸੁਣੀਆਂ ਜਿਹੜੇ ਚਸ਼ਮਦੀਦ ਸੀਗੇ ਜਿਨ੍ਹਾਂ ਨੇ ਸਭ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ ਤੇ ਇਹ ਸਭ ਹੰਡਾਉਣ ਦੇ ਬਾਅਦ ਵੀ ਸਿਰਫ ਇੱਕ ਇਨਕਾਊਂਟਰ ਦੇ ਵਿੱਚ ਇਹ ਫੈਸਲਾ ਹੁੰਦਾ ਹੈ 29 ਸਾਲ ਬਾਅਦ ਜੀ ਤੇ ਬਾਕੀਆਂ ਦਾ ਤਾਂ ਸਾਡੇ ਕੋਲ ਅਤਾ ਪਤਾ ਹੀ ਨਹੀਂ ਹੈ ਹੂੰ ਉਹਦੇ ਵਿੱਚ ਸਾਨੂੰ ਇਹ ਪਤਾ ਹੀ ਨਹੀਂ ਹੈ ਕਿ ਕਿੰਨੇ ਲੋਕਾਂ ਨੇ ਕਿੰਨੇ ਰੈਂਕ ਲਏ ਆ ਪੰਜਾਬ ਦੇ ਵਿੱਚ ਅਹੁਦੇਦਾਰਾਂ ਨੂੰ ਜਿਨ੍ਹਾਂ ਨੂੰ ਵੱਡੇ ਵੱਡੇ ਅਹੁਦਿਆਂ ਤੇ ਬਿਠਾਇਆ ਗਿਆ ਉਨ੍ਹਾਂ ਤੇ ਇਲਜ਼ਾਮ ਲੱਗੇ ਆ ਸੁਮੇਤ ਸਿੰਘ ਸੈਣੀ ਤੇ ਇਲਜ਼ਾਮ ਲੱਗੇ ਆ ਕਿ ਉਹਨਾਂ ਨੇ ਫੇਕ ਐਨਕਾਊਂਟਰਸ ਨੂੰ ਤਰਜੀਹ ਦਿੱਤੀ ਉਹਨਾਂ ਨੇ ਵਧਾਵਾ ਦਿੱਤਾ ਕੇ ਪੀਐਸ ਗੱਲ ਤੇ ਇਲਜ਼ਾਮ ਲੱਗੇ ਆ ਤੇ ਸ਼ਰੀਆਮ ਲੱਗੇ ਆ ਲੋਕਾਂ ਨੇ ਸ਼ਰੀਆਮ ਕਿਹਾ ਕਿ ਕੇਪੀਐਸ ਗੱਲ ਨੇ ਇਹ ਸਾਰਾ ਕੁਝ ਕੀਤਾ ਜੀ ਤੇ ਸੁਮੇਤ ਸਿੰਘ ਸੈਣੀ ਨੇ ਇਹ ਸਭ ਕੁਝ ਕੀਤਾ ਪਰ ਹੋਇਆ ਕੀ ਕਿ ਉਹਨਾਂ ਨੂੰ ਸਜ਼ਾ ਮਿਲਣ ਦੀ ਬਜਾਏ ਜਾਂ ਉਹਨਾਂ ਨੂੰ ਇਹ ਸਾਬਤ ਕੀਤਾ ਜਾਵੇ ਕਿ ਉਹ ਬੇਕਸੂਰ ਸੀ ਜਾ ਇਹ ਦੱਸਿਆ ਜਾਵੇ ਕਿ ਇਹਨਾਂ ਦਾ ਕਸੂਰ ਸੀ ਉਹ ਕੁਝ ਵੀ ਨਹੀਂ ਹੋਇਆ ਹੂੰ ਉਹਨਾਂ ਦੀਆਂ ਉਮਰਾਂ ਬੀਤ ਗਈਆਂ ਨਾ ਸੁਮੇਤ ਸਿੰਘ ਸੈਣੀ ਬੇਕਸੂਰ ਸਾਬਤ ਹੋ ਗਏ ਤੇ ਨਾ ਹੀ ਸੁਮੇਤ ਸਿੰਘ ਸੈਣੀ ਕਸੂਰਵਾਰ ਸਾਬਤ ਹੋਏ ਜੀ ਇਸੇ ਤਰ੍ਹਾਂ ਕਿੰਨੇ ਪੁਲਿਸ ਅਧਿਕਾਰੀ ਐ ਕਿੰਨੇ ਹੀ ਪੁਲਿਸ ਮੁਲਾਜ਼ਮ ਐ ਜਿਹੜੇ ਬੇਕਸੂਰ ਵੀ ਨਹੀਂ ਹੋਏ ਤੇ ਕਸੂਰਵਾਰ ਵੀ ਨਹੀਂ ਹੋਏ ਤੇ ਇਨਸਾਫ ਦੀ ਗੱਲ ਆ ਜਦੋਂ ਲੋਕਾਂ ਨੂੰ ਜਿਨ੍ਹਾਂ ਦੇ ਪੁੱਤ ਮਰ ਗਏ ਜਿਨ੍ਹਾਂ ਦੇ ਘਰਾਂ ਦੇ ਦੀਵੇ ਬੁੱਝ ਗਏ ਉਹਨਾਂ ਨੂੰ ਅੱਜ ਵੀ ਇਨਸਾਫ ਨਹੀਂ ਮਿਲਿਆ ਤੇ ਜੇ ਅਦਾਲਤਾਂ ਇਹ ਦੇਖਣ ਹਮ ਕਿ ਉਸ ਸਮੇਂ ਮੌਤਾਂ ਤਾਂ ਹੋਈਆਂ ਇਹ ਤਾਂ ਅਸੀਂ ਛੁਟਾ ਲਈ ਸਕਦੇ ਕਿ ਮੌਤ ਨਹੀਂ ਹੋਈ ਮੌਤ ਕਿਸੇ ਨੇ ਤਾਂ ਕਿਸੇ ਨੇ ਤਾਂ ਉਹ ਉਸ ਮੌਤ ਨੂੰ ਅੰਜਾਮ ਦਿੱਤਾ ਕਿਸੇ ਨੇ ਤਾਂ ਉਹ ਕਤਲ ਕੀਤਾ ਤੇ ਜਿਨੇ ਉਹ ਕਤਲ ਕੀਤਾ ਉਹਨੂੰ ਸਜ਼ਾ ਮਿਲੇ ਇਨਵੈਸਟੀਗੇਸ਼ਨ ਹੋਵੇ ਹੁਣ ਇਨਵੈਸਟੀਗੇਸ਼ਨ ਦਾ ਤਰੀਕਾ ਕੀ ਰਵੇ ਤੇ ਸਿਸਟਮ ਉਹਦੇ ਵਿੱਚ ਕਿੱਥੇ ਸਾਥ ਦੇਵੇ ਇਹ ਚੀਜ਼ ਤਾਂ ਹਜੇ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਜਿਹੜੇ ਮੁਲਕ ਦੀ ਪੋਲਿਸੀ ਕਰਪਟ ਹੋ ਜੇ ਜਿਹੜੇ ਸੂਬੇ ਦੀ ਪੁਲਿਸ ਕਰਪਟ ਹੋ ਜੇ ਅਧਿਕਾਰੀ ਕਰਪਟ ਹੋ ਜਾਣ ਪ੍ਰਸ਼ਾਸਨ ਕਰਪਟ ਹੋ ਜੇ ਉਹ ਸੂਬੇ ਦੇ ਵਿੱਚ ਇਸ ਤਰ੍ਹਾਂ ਦਾ ਨਿਆਂ ਮਿਲਣਾ ਇਸ ਤਰ੍ਹਾਂ ਦੇ ਨਿਆਂ ਦੀ ਗੱਲ ਕਰਨਾ ਮੈਨੂੰ ਲੱਗਦਾ ਬੇਰੋੜਾ ਜਾ ਹੁੰਦਾ ਕਿਉਂਕਿ ਉਹਦੇ ਵਿੱਚ ਨਿਆਂ ਮਿਲਣਾ ਹੀ ਨਹੀਂ ਹੁੰਦਾ ਸਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ ਇਨਸਾਫ ਦੀ ਉਡੀਕ ਕਰਦੇ ਕਰਦੇ ਉਹਨਾਂ ਦੇ ਪਰਿਵਾਰ ਨੂੰ ਵੀ ਕਾਫੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ ਕਿਹਾ ਜਾ ਰਿਹਾ ਹੈ ਕਿ ਕਾਫੀ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਕੇਸ ਵਾਪਸ ਲੈ ਲਿਆ ਜਾਏ ਤੇ ਡਰ ਦੇ ਮਾਰੇ ਉਹਨਾਂ ਨੇ 5 ਤੋਂ 7 ਸਾਲ ਉਹ ਕਰੋਬਾਰ ਹੀ ਨਹੀਂ ਨਿਕਲੇ ਤੇ ਇਹ ਜਿਹੜਾ ਹੁਣ ਰਿਟਾਇਰਮੈਂਟ ਤੋਂ ਬਾਅਦ ਹੈ ਜਿਹੜਾ ਦੋਸ਼ੀ ਕਰਾਰ ਦਿੱਤਾ ਗਿਆ ਇਹ ਕਿੰਨਾ ਕੁ ਜਸਟੀਫਾਈਡ ਹੈਗਾ ਕਿਉਂਕਿ ਉਹਨਾਂ ਦੀ ਸਾਰੀ ਜ਼ਿੰਦਗੀ ਤਾਂ ਲੈਵਿਸ਼ ਲਾਈਫਸਟਾਈਲ ਜਿੰਦੇ-ਜਿੰਦੇ ਨਿਕਲ ਗਈ ਦੇਖੋ ਇਹ ਸਿਰਫ ਇਹਦਾ ਦੋ ਮੁਲਾਜ਼ਮਾਂ ਦੀ ਅਸੀਂ ਗੱਲ ਕਰਦੇ ਆਂ ਤੇ ਇੱਕ ਪਰਿਵਾਰ ਦੀ ਗੱਲ ਕਰਦੇ ਆਂ ਇਸ ਤਰ੍ਹਾਂ ਦੇ ਕਈ ਪਰਿਵਾਰ ਹੈ ਇਸ ਤਰ੍ਹਾਂ ਦੇ ਕਈ ਮੁਲਾਜ਼ਮ ਹਨ ਜਿਨ੍ਹਾਂ ਨੂੰ ਲੈਵਿਸ਼ ਲਾਈਫ ਲੈਵਿਸ਼ ਲਾਈਫ ਦੇ ਨਾਲ ਉਹਨਾਂ ਨੂੰ ਤਗਮੇ ਵੀ ਦਿੱਤੇ ਗਏ ਹੂੰ ਉਹਨਾਂ ਨੂੰ ਬਹਾਦਰੀ ਦੇ ਮੈਡਲ ਵੀ ਦਿੱਤੇ ਗਏ ਜਦਕਿ ਉਹਨਾਂ ਨੇ ਘਰਾਂ ਤੋਂ ਕੱਢ ਕੇ ਬੇਕਸੂਰਾ ਨੂੰ ਰੋਂਦਿਆਂ ਕੁਰਲਾਉਂਦਿਆਂ ਪਰਿਵਾਰਾਂ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਉਹਨਾਂ ਨੇ ਪਜਾ ਪਜਾ ਕੇ ਮਾਰਿਆ ਤੇ ਇਹ ਸੱਚ ਹੈ ਇਹ ਕੋਈ ਆ ਉਹ ਕੱਡੀਆਂ ਹੋਈਆਂ ਕਹਾਣੀਆਂ ਨਹੀਂ ਐ ਇਹ ਕਿਸੇ ਕਹਾਣੀਕਾਰ ਨੇ ਨਹੀਂ ਲਿਖਿਆ ਹੋਇਆ ਇਹ ਇਹ ਪੰਜਾਬ ਦੇ ਪੱਤਰਕਾਰਾਂ ਨੇ ਲਿਖਿਆ ਹੋਇਆ ਇਹ ਅਖਬਾਰਾਂ ਨੇ ਲਿਖਿਆ ਹੋਇਆ ਇਹ ਕਿਤਾਬਾਂ ਦੇ ਵਿੱਚ ਦਰਜ ਐ ਕਿ ਲੋਕਾਂ ਨੂੰ ਜ਼ਬਰਦਸਤੀ ਘਰਾਂ ਚੋਂ ਕੱਢ ਕੱਢ ਕੇ ਕਮਾਦਾਂ ਦੇ ਵਿੱਚ ਲਾ ਜਾ ਕੇ ਨਹਿਰਾਂ ਦੀਆਂ ਪੁੜੀਆਂ ਤੇ ਲਾ ਜਾ ਕੇ ਉੱਥੇ ਉਹਨਾਂ ਦੇ ਝੂਠੇ ਮੁਕਾਬਲੇ ਬਣਾਏ ਗਏ ਐ ਤੇ ਉਹ ਝੂਠੇ ਮੁਕਾਬਲਿਆਂ ਦਾ ਇਨਸਾਫ ਤਾਂ ਹੋਣਾ ਚਾਹੀਦਾ ਸੀ ਪਰ ਉਹ ਇਨਸਾਫ ਹੋਣ ਦੀ ਬਜਾਏ ਜਿਨ੍ਹਾਂ ਨੇ ਮੁਕਾਬਲੇ ਬਣਾਏ ਉਹਨਾਂ ਨੂੰ ਪ੍ਰਸ਼ਾਸਨ ਤਗਮੇ ਦਿੰਦਾ ਰਿਹਾ ਉਹਨਾਂ ਨੂੰ ਸ਼ਾਬਾਸ਼ੀਆਂ ਦਿੱਤੀਆਂ ਗਈਆਂ ਤੇ ਜ਼ਰੂਰੀ ਇਹ ਸੀ ਕਿ ਪੰਜਾਬ ਦਾ ਮਾਹੌਲ ਜੇ ਠੀਕ ਕਰਨਾ ਹੈ ਤਾਂ ਉਹਨੂੰ ਠੀਕ ਤਰੀਕੇ ਨਾਲ ਠੀਕ ਕੀਤਾ ਜਾਵੇ ਹਮ ਕਿਸੇ ਵੀ ਗਲਤ ਮਾਹੌਲ ਨੂੰ ਜੇ ਕੋਈ ਮਾਹੌਲ ਖਰਾਬ ਹੈ ਕਿਸੇ ਜਗ੍ਹਾ ਦਾ ਤਾਂ ਉਹਨੂੰ ਹੋਰ ਖਰਾਬ ਕਰਕੇ ਠੀਕ ਨਹੀਂ ਕੀਤਾ ਜਾਂਦਾ ਹੁੰਦਾ ਹੋਰ ਖਰਾਬ ਕਰਕੇ ਤੁਸੀਂ ਉਹਨੂੰ ਦਬਾ ਸਕਦੇ ਹੋ ਉਸ ਮਾਹੌਲ ਨੂੰ ਦਬਾਇਆ ਜਾ ਸਕਦਾ ਹੈ ਤੇ ਉਹ ਕਦੇ ਵੀ ਦੁਬਾਰਾ ਉੱਠ ਸਕਦਾ ਹੈ ਜੀ ਤੇ ਪੰਜਾਬ ਦੇ ਵਿੱਚ ਹੀ ਹੋਇਆ ਪੰਜਾਬ ਦੇ ਵਿੱਚ ਜਿਹੜੇ ਤਰੀਕੇ ਨਾਲ ਖਾਲਸਤਾਨ ਦੀ ਮੂਵਮੈਂਟ ਨੂੰ ਖਤਮ ਕੀਤਾ ਗਿਆ ਹੂੰ ਉਹਦੇ ਵਿੱਚ ਬਹੁਤ ਸਾਰੇ ਬੇਗੁਨਾਹਾਂ ਨੂੰ ਵੀ ਮਾਰਿਆ ਗਿਆ ਜੀ ਤੇ ਨਤੀਜਾ ਇਹ ਨਿਕਲਿਆ ਕਿ ਕਈ ਲੋਕਾਂ ਦੇ ਕਤਲ ਹੋਏ ਪੰਜਾਬ ਦੇ ਮੁੱਖ ਮੰਤਰੀ ਦਾ ਕਤਲ ਹੋਇਆ ਲੋਕਾਂ ਦੇ ਰੋਸ ਦੇ ਵਿੱਚੋਂ ਉੱਠਿਆ ਨਾ ਉਹ ਹੂੰ ਪੰਜਾਬ ਦੇ ਵਿੱਚੋਂ ਯੂਥ ਨੇ ਬੰਦੂਕਾਂ ਚੱਕੀਆਂ ਹਥਿਆਰ ਚੱਕੇ ਤੇ ਉਹਨਾਂ ਨੇ ਵੀ ਕਤਲ ਕੀਤੇ ਖੂਨ ਦੇ ਬਦਲੇ ਖੂਨ ਦੀ ਗੱਲ ਹੋਈ ਤੇ ਉਹਦਾ ਨਤੀਜਾ ਹਜੇ ਤੱਕ ਪੰਜਾਬ ਪੁੱਗ ਤਰਿਆ ਪੰਜਾਬ ਦੇ ਕਈ ਸੂਝਵਾਨ ਲੋਕ ਪੜ੍ਹੇ ਲਿਖੇ ਲੋਕ ਅੱਜ ਵੀ ਜੇਲ੍ਹਾਂ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੇ ਆਪਦੀ ਸਜ਼ਾਵਾਂ ਵੀ ਪੂਰੀਆਂ ਕਰ ਲੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਜੇਲ੍ਹਾਂ ਤੋਂ ਰਿਹਾਈ ਨਹੀਂ ਕੀਤਾ ਜਾ ਰਿਹਾ ਜੀ ਇਹ ਪੰਜਾਬ ਦਾ ਸੰਤਾਪ ਹੈ ਇਹ ਪੰਜਾਬ ਨੇ ਹੰਡਾਇਆ ਸਰ ਅਗਲੀ ਖਬਰ ਵੀ ਇਨਸਾਫ ਤੋਂ ਜੁੜੀ ਹੈ ਅਮਰੀਕਾ ਦੇ ਵਿੱਚ ਸਿੱਖ ਮੁਲਾਜ਼ਮ ਸੰਦੀਪ ਤਾਰੀਵਾਲ ਦੇ ਕਾਤਲ ਨੂੰ ਸਜ਼ਾਏ ਮੌਤ ਦਿੱਤੀ ਗਈ ਬਿਲਕੁਲ ਠੀਕ ਹੈ ਜੀ ਇਨਸਾਫ ਹੋਣਾ ਚਾਹੀਦਾ ਹੈ ਕਿਸੇ ਵੀ ਮੁਲਕ ਦੇ ਵਿੱਚ ਕੋਈ ਵੀ ਹੋਵੇ ਕਿਸੇ ਵੀ ਨਸਲ ਤੋਂ ਹੋਵੇ ਕਿਸੇ ਵੀ ਥਾਂ ਤੋਂ ਹੋਵੇ ਉਹਨੂੰ ਇਨਸਾਫ ਮਿਲਣਾ ਜ਼ਰੂਰੀ ਹੈ ਪੰਜਾਬ ਦੇ ਵਿੱਚੋਂ ਗਿਆ ਸੰਦੀਪ ਢਾਲੀਵਾਲ ਉੱਥੇ ਮਿਹਨਤ ਕੀਤੀ ਮਿਹਨਤ ਕਰਕੇ ਨੌਕਰੀ ਹਾਸਲ ਕੀਤੀ ਉੱਥੇ ਉਸ ਨੌਜਵਾਨ ਨੂੰ ਇਸ ਕਰਕੇ ਮਾਰ ਦਿੱਤਾ ਜਾਂਦਾ ਕਿ ਉਹ ਉਹ ਉਹਨਾਂ ਦੇ ਵਿੱਚੋਂ ਨਹੀਂ ਹੈ ਉਹ ਉਸ ਜਗ੍ਹਾ ਦਾ ਨਹੀਂ ਹੈ ਤਾਂ ਇਹ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਮੈਸੇਜ ਜਾਂਦਾ ਜਿੱਥੇ ਭੇਦਭਾਵ ਕੀਤਾ ਜਾਂਦਾ ਹੈ ਪੂਰੀ ਦੁਨੀਆ 'ਚ ਕੀਤਾ ਜਾਂਦਾ ਹੈ। ਵਾਈਟ ਲੋਕਾਂ ਨੂੰ ਸੁਪਰੀਮ ਦੱਸਿਆ ਗਿਆ ਪਹਿਲਾਂ ਤੇ ਜਿੰਨੇ ਵੀ ਬਰਾਊਨ ਨੇ ਜਾਂ ਬਲੈਕ ਲੋਕ ਹੈਗੇ ਆ ਉਹਨਾਂ ਨੂੰ ਗੁਲਾਮ ਦੱਸਿਆ ਗਿਆ। ਇਹ ਮੈਸੇਜ ਪੂਰੀ ਦੁਨੀਆ 'ਚ ਸਪਰੈਡ ਕੀਤਾ ਗਿਆ ਤੇ ਵਾਈਟ ਸੁਪਰੀਮਸੀ ਹੈ ਜਿਹੜੀ ਉਹਨੂੰ ਉੱਤੇ ਰੱਖਿਆ ਗਿਆ ਪਹਿਲਾਂ ਤੋਂ ਹੀ। ਤੇ ਉਸੇ ਦਾ ਨਤੀਜਾ ਹੈ ਕਿ ਅੱਜ ਵੀ ਇਹ ਸਭ ਕੁਝ ਹੋ ਰਿਹਾ ਹੈ। ਇਹੋ ਜੀਆਂ ਵਾਰਦਾਤਾਂ ਹੋ ਰਹੀਆਂ। ਪਰ ਚੰਗੀ ਗੱਲ ਇਹ ਹੈ ਕਿ ਜੁਡੀਸ਼ੀਅਲ ਸਿਸਟਮ ਹੈ ਜਿਹੜੇ ਉਹ ਠੀਕ ਤਰੀਕੇ ਨਾਲ ਕੰਮ ਕਰ ਰਹੇ ਆ। ਤੇ ਜਿਹੜੀ ਬਣਦੀ ਸਜ਼ਾ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤੇ ਬਹੁਤ ਵਧੀਆ ਚੰਗਾ ਉਪਰਾਲਾ ਹੈ ਕਿ ਉਥੇ 3 ਸਾਲ ਦੇ ਵਿੱਚ ਵਿੱਚ ਸਜ਼ਾ ਦਿੱਤੀ ਗਈ ਹੈ ਤੇ ਉਹ ਉਹਦੇ ਨਾਲ ਇੱਕ ਚੀਜ਼ ਹੋਊਗੀ ਕਿ ਜਿਹੜੇ ਵੀ ਮਾਈਗ੍ਰੇਟ ਹੁੰਦੇ ਆ ਲੋਕ ਉਹਨਾਂ ਨੂੰ ਕਿਸੇ ਵੀ ਦੇਸ਼ ਦੇ ਵਿੱਚ ਉਹ ਜਾਣ ਕਿਸੇ ਵੀ ਦੇਸ਼ ਜਾ ਕੇ ਕੰਮ ਕਰਨ ਆਪ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਉਹਦੇ ਵਿੱਚ ਉਹਨਾਂ ਨੂੰ ਕਿਤੇ ਅੰਤ ਸੇਫੀਲ ਨਹੀਂ ਹੋਊਗਾ ਜੇ ਇਹੋ ਜਿਹੇ ਫੈਸਲੇ ਆਉਣਗੇ ਤਾਂ ਕਿਸੇ ਵੀ ਦੇਸ਼ ਦੇ ਵਿੱਚ ਹੋਈ ਹੈ ਅਸੀਂ ਭਾਰਤ ਦੀ ਗੱਲ ਕਰ ਲਈਏ ਭਾਰਤ ਦੇ ਵਿੱਚ ਕੋਈ ਵੀ ਕਿਸੇ ਵੀ ਮੁਲਕ ਤੋਂ ਆਵੇ ਤੇ ਉਹਨੂੰ ਸਿਰਫ ਇਸ ਗੱਲ ਕਰਕੇ ਕਤਲ ਕੀਤਾ ਜਾਵੇ ਕਿ ਉਹ ਭਾਰਤੀ ਨਹੀਂ ਹੈ ਹਾਂ ਤਾਂ ਇਹ ਬਿਲਕੁਲ ਗਲਤ ਹੈ ਤੇ ਕਿਸੇ ਨੂੰ ਵੀ ਕਤਲ ਕਰਨਾ ਕੋਈ ਕਾਰਨ ਕੋਈ ਵੀ ਹੋਵੇ ਕਿਸੇ ਵੀ ਕਾਰਨ ਕਰਕੇ ਕਿਸੇ ਨੂੰ ਵੀ ਕਤਲ ਕਰਨਾ ਉਹਨੂੰ ਅਸੀਂ ਜਾਇਜ਼ ਨਹੀਂ ਠਹਿਰਾ ਸਕਦੇ ਤੇ ਸਿਰਫ ਇਸ ਕਰਕੇ ਨਹੀਂ ਕਿ ਸੰਦੀਪ ਢਾਲੀਵਾਲ ਪੰਜਾਬੀ ਸੀ ਸੰਦੀਪ ਢਾਲੀਵਾਲ ਇੱਕ ਇਨਸਾਨ ਸੀ ਉਹਨੂੰ ਇਨਸਾਫ ਮਿਲਣਾ ਚਾਹੀਦਾ ਸੀ ਤੇ ਉਹਨੂੰ ਇਨਸਾਫ ਮਿਲਿਆ ਤਾਂ ਚੰਗੀ ਗੱਲ ਹੈ ਹਮ ਪਰ ਨਾਲ ਹੀ ਸਾਨੂੰ ਹੁਣ ਇਹ ਵੀ ਦੇਖਣਾ ਪਊਗਾ ਕਿ ਸਾਨੂੰ ਇੱਥੋਂ ਨਿਕਲਣਾ ਕਿਉਂ ਪੈ ਰਿਹਾ ਅਸੀਂ ਜਦੋਂ ਵੀ ਜਾਣੇ ਆ ਕਿਥੇ ਅਸੀਂ ਆਪਣੇ ਐਗਜ਼ਾਮਪਲ ਸੈੱਟ ਕਰਦੇ ਹਾਂ ਕਿ ਅਸੀਂ ਸਾਰੀ ਦੁਨੀਆ ਨੂੰ ਅਕਸੈਪਟ ਕਰਦੇ ਹਾਂ ਹਮ ਤੇ ਅਸੀਂ ਇਹੋ ਜਿਹਾ ਕੀ ਕਰੀਏ ਕਿ ਸਾਰੀ ਦੁਨੀਆ ਸਾਨੂੰ ਅਕਸੈਪਟ ਕਰੇ ਸਾਰੀ ਦੁਨੀਆ ਸਾਨੂੰ ਅਪਣਾਵੇ ਹਮ ਤੇ ਇਹਦੇ ਲਈ ਵੀ ਸਾਨੂੰ ਸੋਚਣਾ ਪਊਗਾ ਹੁਣ ਸਰ ਅਗਲੀ ਖਬਰ ਕੈਨੇਡਾ ਤੋਂ ਹੈ ਮੈਕਸਿਮਮ ਪੰਜਾਬੀ ਜਾਂ ਬਹੁਤ ਮਿਗਰ ਪਾਪੂਲੇਸ਼ਨ ਜਿਹੜੀ ਹੈਗੀ ਆ ਪੰਜਾਬੀ ਦੀ ਉਹ ਕਾਫੀ ਐਵੀਡੈਂਟ ਹੈ ਕੈਨੇਡਾ ਦੇ ਵਿੱਚ ਪੰਜਾਬੀ ਡਾਇਸਪੋਰਾ ਹੈ ਜੋ ਕਾਫੀ ਸਿਗਨੀਫੀਕੈਂਟ ਕੰਮ ਕਰ ਰਿਹਾ ਹੈ ਕੈਨੇਡਾ ਦੇ ਵਿੱਚ ਪਰ ਕੈਨੇਡੀਅਨ ਪੁਲਿਸ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਨਸ਼ਿਆਂ ਦਾ ਖੇਪ ਬਰਾਮਦ ਕੀਤਾ ਤੇ ਉਹਦੇ ਵਿੱਚ ਤਿੰਨ ਪੰਜਾਬੀ ਮਲਜ਼ਮ ਪਾਏ ਗਏ 2.5 ਕਰੋੜ ਦਾ ਨਸ਼ਾ ਫੜਿਆ ਗਿਆ ਉਹਨਾਂ ਦਾ 2.5 ਕਰੋੜ ਡਾਲਰ ਦਾ ਜੀ ਜੀ 2.5 ਕਰੋੜ ਅਮਰੀਕੀ ਡਾਲਰ ਜੇ ਅਸੀਂ ਕੈਲਕੂਲੇਟ ਕਰੀਏ ਤਾਂ ਪੰਜਾਬ ਦੇ ਵਿੱਚ ਕਿੰਨੀ ਰਕਮ ਬਣ ਜੂਗੀ ਇਹ ਸਭ ਨੂੰ ਪਤਾ ਹੈ ਹੂੰ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਇੱਥੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਕਿ ਪੰਜਾਬ ਦਾ ਯੂਥ ਪੰਜਾਬ ਨੂੰ ਛੱਡ ਕੇ ਕਿਉਂ ਜਾ ਰਿਹਾ ਹੈ ਕਿਉਂਕਿ ਇੱਥੇ ਨੌਕਰੀਆਂ ਨਹੀਂ ਹੈਗੀਆਂ ਕਿਉਂਕਿ ਬੇਰੋਜ਼ਗਾਰੀ ਹੈ ਤੇ ਇੱਥੇ ਲਾਈਫ ਸਟਾਈਲ ਨਹੀਂ ਠੀਕ ਹੈਗਾ ਹੂੰ ਤੇ ਇੱਥੇ ਨਸ਼ਿਆਂ ਨੂੰ ਵਧਾਵਾ ਦਿੱਤਾ ਜਾ ਰਿਹਾ ਅਸੀਂ ਇਹ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਫੈਲ ਰਿਹਾ ਹੈ ਤਾਂ ਕਰਕੇ ਪੰਜਾਬ ਦੇ ਲੋਕ ਆਪਦੇ ਬੱਚਿਆਂ ਨੂੰ ਇੱਥੇ ਰੱਖਣਾ ਨਹੀਂ ਚਾਹੁੰਦੇ ਉਹ ਬਾਹਰ ਭੇਜ ਰਹੇ ਹਨ ਹੂੰ ਪਰ ਬਾਹਰ ਜਾ ਕੇ ਕੀ ਹੋ ਰਿਹਾ ਹੈ ਬਾਰជាਕੇ ਵੀ ਪੰਜਾਬੀ ਲੋਗ ਨਸ਼ਿਆਂ ਦੇ ਨਾਲ ਫੜੇ ਜਾਂਦੇ ਆਂ ਪੰਜਾਬ ਦੇ ਤਿੰਨ ਮੁੰਡੇ ਨੌਜਵਾਨ ਮੁੰਡੇ ਆ ਪੰਜਾਬ ਦੇ ਜਿਹੜੇ ਕਿ ਕੈਨੇਡਾ ਦੇ ਵਿੱਚ ਫੜੇ ਗਏ ਆ ਔਰ 2.5 ਕਰੋੜ ਅਮਰੀਕਨ ਡਾਲਰ ਦਾ ਕੀਮਤ ਸੀ ਉਹਨਾਂ ਦੀ ਹੂੰ ਇੰਨੀ ਕੀਮਤ ਦੇ ਨਸ਼ੇ ਤੇ ਹੋਰ ਉਹਨਾਂ ਕੋਲੋਂ ਕੈਸ਼ ਅਮਾਊਂਟ ਵੀ ਫੜਿਆ ਗਿਆ ਫਿਕਰ ਕਰਨ ਵਾਲੀ ਗੱਲ ਇਹ ਹੈ ਕਿ ਉਹ ਪੰਜਾਬ ਦਾ ਯੂਥ ਹੈ ਤੇ ਇਹ ਵੀ ਪੰਜਾਬ ਦਾ ਯੂਥ ਹੈ ਜਿਹੜਾ ਇੱਥੇ ਆਪਦੇ ਆਪ ਨੂੰ ਟੀਕੇ ਲਗਾ ਕੇ ਮਰ ਰਿਹਾ ਹੈ ਹੂੰ ਜਿਨ੍ਹਾਂ ਦੀਆਂ ਲਾਸ਼ਾਂ ਮਿਲਦੀਆਂ ਲਾਸ਼ ਦੇ ਵਿੱਚ ਹੀ ਟੀਕਾ ਮਿਲਦਾ ਹੈ ਇਹ ਵੀ ਪੰਜਾਬ ਦਾ ਯੂਥ ਹੈ ਜਿਹੜਾ 2-200 ਰੁਪਏ ਦੀ ਪੁੜੀ ਲੈ ਕੇ ਤੇ ਉਹਦੇ ਪਿੱਛੇ ਮਰ ਰਿਹਾ ਹੈ ਉਹਦੇ ਪਿੱਛੇ ਆਪਦੇ ਘਰ ਦੇ ਭਾਂਡੇ ਵੇਚ ਰਿਹਾ ਹੈ ਤੇ ਉਹ ਵੀ ਪੰਜਾਬ ਦਾ ਯੂਥ ਹੈ ਜਿਹੜਾ ਉੱਥੇ ਜਾ ਕੇ ਕਰੋੜਾਂ ਦੇ ਨਸ਼ੇ ਦੇ ਵਿੱਚ ਡੀਲ ਕਰ ਰਿਹਾ ਹੈ ਤੇ ਇਹ ਸਮਝਣਾ ਪਊਗਾ ਸਾਨੂੰ ਕਿ ਹੁਣ ਪੰਜਾਬੀ ਕਿਹੜੇ ਰਾਹ ਤੇ ਪਏ ਹੋਏ ਸਾਡੀ ਕੌਮ ਹੈ ਜਿਹੜੀ ਉਹ ਕਿਹੜੇ ਰਾਹ ਤੇ ਪਈ ਹੋਈ ਹੈ ਇਹ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ ਉਹ ਚਾਹੇ ਪੰਜਾਬ ਦੇ ਵਿੱਚ ਹੈ ਜਾਂ ਚਾਹੇ ਬਾਹਰ ਅਸੀਂ ਕਿਤੇ ਵੀ ਹੋਈਏ ਅਸੀਂ ਕਿਸੇ ਵੀ ਥਾਂ ਤੇ ਆ ਸਾਡਾ ਨੇਚਰ ਉਹ ਹੈ ਸਾਡੀ ਸੋਚ ਉਹ ਹੈ ਤੇ ਸਾਡੀ ਸੋਚ ਦੀ ਗੱਲ ਹੈ ਕਿ ਸਾਡੀ ਸੋਚ ਇੰਨੀ ਮਾੜੀ ਕਿਉਂ ਹੋ ਗਈ ਕਿ ਅਸੀਂ ਨਸ਼ਿਆਂ ਦੇ ਕਾਰੋਬਾਰ 'ਚ ਪੈ ਗਏ ਹਾਂ ਪੰਜਾਬ ਜਿਹਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਇੱਥੋਂ ਦੇ ਜੰਪਾ ਲੋਕ ਇੱਥੋਂ ਦੇ ਜੰਮੇ ਜਾਏ ਜਾਂਦੇ ਆ ਪੈਸੇ ਦੇ ਲਾਲਚ ਕਰਕੇ ਹੂੰ ਕੀ ਜੀ ਸਾਨੂੰ ਪੈਸਾ ਮਿਲੂਗਾ ਤੇ ਉਹ ਪੈਸੇ ਨਾਲ ਅਸੀਂ ਆਪਦੀ ਲੈਵਿਸ਼ ਲਾਈਫ ਜੀਵਾਂਗੇ ਤੇ ਉਹਦੇ ਲਈ ਉਹ ਕੋਈ ਵੀ ਕਾਰੋਬਾਰ ਕਰਨ ਦੀ ਸੋਚਦੇ ਆ ਜੀ ਉਹ ਚਾਹੇ ਨਸ਼ੇ ਦਾ ਕਾਰੋਬਾਰ ਹੈ ਚਾਹੇ ਹਥਿਆਰਾਂ ਦਾ ਹੋਵੇ ਤੇ ਸਭ ਤੋਂ ਵੱਡਾ ਡਰ ਪੰਜਾਬ ਦੇ ਲੋਕਾਂ ਨੂੰ ਹੀ ਹੈ ਜੀ ਉਹ ਨਸ਼ਾ ਕਿੱਥੇ ਜਾਣਾ ਸੀ ਕਿੱਥੇ ਆਉਣਾ ਸੀ ਕਿਹਨੇ ਵੇਚਿਆ ਕਿਹਨੇ ਖਰੀਦਣਾ ਇਹਦੀ ਕੋਈ ਗੱਲ ਨਹੀਂ ਹੈ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਫਿਕਰਮੰਦ ਹੋਣਾ ਪਊਗਾ ਜੇ ਪੰਜਾਬ ਦੇ ਉਹ ਤਿੰਨ ਨੌਜਵਾਨ ਫੜੇ ਜਾਂਦੇ ਆ ਜਿਹੜੇ ਕਿ ਇੱਥੋਂ ਹੀ ਗਏ ਐ ਉਹ ਵੀ ਇੱਥੋਂ ਗਏ ਐ ਉਹਨਾਂ ਨੇ ਵੀ ਮਿਹਨਤਾਂ ਕਰਕੇ ਕਿਸੇ ਨੇ ਆਇਲਟਸ ਕੀਤੀ ਹੋਣੀ ਐ ਕਿਸੇ ਨੇ ਆਇਲਟਸ ਨਹੀਂ ਵੀ ਕੀਤੀ ਹੋਣੀ ਜ਼ਮੀਨ ਗਹਿਣੇ ਧਰ ਕੇ ਆ ਜ਼ਮੀਨ ਵੇਚ ਕੇ ਚਾਹੇ ਮੈਕਸੀਕੋ ਥਾਣੀ ਗਏ ਹੋਣ ਉਹ ਚਾਹੇ ਡੌਂਕੀ ਲਗਾ ਕੇ ਗਏ ਐ ਉਹ ਕਿਸੇ ਵੀ ਤਰੀਕੇ ਗਏ ਐ ਪਰ ਉਹ ਗਏ ਐ ਉਹ ਪੰਜਾਬ ਚੋ ਗਏ ਐ ਤੇ ਮਿਹਨਤ ਕਰਕੇ ਗਏ ਐ ਮਿਹਨਤ ਚਾਹੇ ਉਹ ਪੁੱਠੇ ਪਾਸੇ ਕੀਤੀ ਹੋਵੇ ਸਿੱਧੇ ਪਾਸੇ ਕੀਤੀ ਹੋਵੇ ਤੇ ਉਹ ਵੀ ਉੱਥੇ ਜਾ ਕੇ ਉਹੀ ਕੰਮ ਕਰ ਰਹੇ ਐ ਤੇ ਇੱਥੋਂ ਦੇ ਲੋਕ ਵੀ ਉਹੀ ਕੰਮ ਕਰ ਰਹੇ ਐ ਤੇ ਸਾਨੂੰ ਸਾਨੂੰ ਬਰਬਾਦ ਕਰਨ ਦੀ ਜਿਹੜੀ ਸੋਚੀ ਸਮਝੀ ਪਲੈਨਿੰਗ ਹੈ ਇਹ ਕਿਸੇ ਪਾਸੇ ਤਾਂ ਚੱਲ ਰਹੀ ਹੈ ਜੀ ਕਿਸੇ ਪਾਸੇ ਤਾਂ ਲਾਇਆ ਜਾ ਰਿਹਾ ਕਿ ਪੰਜਾਬ ਦਾ ਯੂਥ ਹੈ ਇਹਨਾਂ ਕੋਲ એનર્ਜੀ ਹੈ ਤੇ ਇਹਨਾਂ ਕੋਲ ਰਾਹ ਨਹੀਂ ਹੈ ਡਾਇਰੈਕਸ਼ਨਲੈਸ ਨਹੀਂ ਡਾਇਰੈਕਸ਼ਨਲੈਸ ਨਹੀਂ ਡਾਇਰੈਕਸ਼ਨਲੈਸ ਨਹੀਂ ਤਾਂ ਉਹਨਾਂ ਨੂੰ ਉਸ ਪਾਸੇ ਪਾ ਦਿਓ ਕਿਤੇ ਵੀ ਮੋਲਡ ਕੀਤਾ ਜਾ ਸਕਦਾ ਕਿਸੇ ਵੀ ਰਾਹ ਤੇ ਪਾ ਦਿਓ ਹਮ ਤੇ ਸਾਨੂੰ ਪੰਜਾਬੀਆਂ ਨੂੰ ਪੰਜਾਬ ਦੇ ਇਹੋ ਜਿਹੇ ਲੋਕ ਵੀ ਆ ਜਿਹੜੇ ਬਹੁਤ ਵੱਡੇ ਵੱਡੇ ਬਿਜ਼ਨਸਮੈਨ ਨੇ ਜਿਹੜੇ ਬਹੁਤ ਚੰਗਾ ਕੰਮ ਕਰ ਰਹੇ ਹੋ ਦੁਨੀਆ ਤੇ ਦੁਨੀਆ ਭਰ ਦੇ ਵਿੱਚ ਇਹੋ ਜਿਹੇ ਕੰਮ ਕਰ ਰਿਹਾ ਜਿਹਦਾ ਕੋਈ ਮੁਕਾਬਲਾ ਨਹੀਂ ਹੈ। ਹੂੰ ਤੇ ਹੁਣ ਉਹਨਾਂ ਪੰਜਾਬੀਆਂ ਨੂੰ ਬਾਹ ਫੜਨੀ ਪਊਗੀ ਇਹਨਾਂ ਲੋਕਾਂ ਦੀ। ਜੀ। ਸਾਨੂੰ ਸਾਰੇ ਪੰਜਾਬ ਦੀ ਬਾਹ ਫੜਨੀ ਪਊਗੀ ਤੇ ਦੱਸਣਾ ਪਊਗਾ ਕਿ ਕਿਹੜਾ ਰਾ ਠੀਕ ਹੈ ਕਿਹੜਾ ਰਾ ਗਲਤ ਹੈ। ਜੀ। ਸਾਡੀ ਸੋਸਾਇਟੀ ਦੇ ਵਿੱਚ ਸਾਡੇ ਪੇਰੈਂਟਸ ਤੇ ਬੱਚਿਆਂ ਦੇ ਵਿੱਚ ਹੀ ਇੰਨਾ ਗੈਪ ਆ ਗਿਆ ਕਿ ਪੇਰੈਂਟਸ ਵੀ ਕਮਾਈ ਵੱਲ ਨੂੰ ਵਧ ਰਹੇ ਆ ਕਿ ਸਾਰਾ ਧਿਆਨ ਕਮਾਈ ਵੱਲ ਹੈ ਤੇ ਪਰਿਵਾਰ ਵੱਲ ਘਟ ਹੈ। ਅਸੀਂ ਵੈਲਿਊਜ਼ ਨੂੰ ਗਵਾ ਰਹੇ ਆ। ਹੂੰ। ਇਸ ਚੱਕਰ ਦੇ ਵਿੱਚ ਜਿਹੜੇ ਗੈਪ ਪੈ ਰਹੇ ਹਨ ਸਾਡੇ ਵਿੱਚ ਜਨਰੇਸ਼ਨਸ ਦੇ ਉਹਦੇ ਵਿੱਚ ਅਸੀਂ ਵੈਲਿਊਜ਼ ਨੂੰ ਘਟਾ ਰਹੇ ਹਾਂ ਹੂੰ ਪਹਿਲਾਂ ਤਾਂ ਅਸੀਂ ਇਹ ਹੀ ਦੇਖੀਏ ਕਿ ਅਸੀਂ ਬਾਹਰ ਜਾਣ ਲਈ ਕਿਹੜੇ-ਕਿਹੜੇ ਤਰੀਕੇ ਨਹੀਂ ਅਪਣਾਏ ਅਸੀਂ ਪੰਜਾਬ ਦੇ ਹੀ ਲੋਕ ਹਾਂ ਪੰਜਾਬ ਦੇ ਲੋਕਾਂ ਨੇ ਆਪਦੀਆਂ ਭੈਣਾ ਭਰਾਵਾਂ ਦੇ ਹੀ ਵਿਆਹ ਕਰਕੇ ਬਾਹਰ ਨੂੰ ਤੋਰਦੇ ਉਹਨਾਂ ਨੇ ਜੀ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਤਰੀਕੇ ਕਿਸੇ ਵੀ ਹਾਦਸੇ ਤੇ ਪਹੁੰਚ ਜਾਣਾ ਲੋਕਾਂ ਨੇ ਆਪਦੇ ਪਰਿਵਾਰਾਂ ਨੂੰ ਲੈ ਕੇ ਜੰਗਲਾਂ ਥਾਣੇ ਜੰਗਲਾਂ ਥਾਣੇ 20-20 ਦਿਨ 2-2 ਮਹੀਨੇ ਜੰਗਲਾਂ ਦੇ ਵਿੱਚ ਰੋਲ ਖੁਲਕੇ ਉਹ ਅਮਰੀਕਾ ਪਹੁੰਚੇ ਆ ਤੇ ਅਸੀਂ ਕਿਸੇ ਵੀ ਲੈਵਲ ਤੱਕ ਜਾ ਰਹੇ ਹਾਂ ਅਸੀਂ ਆਪਦੀ ਮੋਰਲ ਵੈਲਿਊਜ਼ ਹੈ ਜਿਹੜੀਆਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਸਾਡੇ ਰਹਿਣ ਦਾ ਇੱਕ ਸਿਸਟਮ ਹੈ ਅਸੀਂ ਉਸੇ ਨੂੰ ਤੋੜ ਕੇ ਅਸੀਂ ਆਪਦੇ ਵਾਸਤੇ ਬਣਾਈਆਂ ਨਾ ਇਨਸਾਨ ਨੇ ਕੋਈ ਵੀ ਵੈਲਿਊਜ਼ ਬਣਾਈਆਂ ਤਾਂ ਇਸ ਲਈ ਬਣਾਈਆਂ ਕਿ ਸਾਡੇ ਜੀਵਨ ਪੱਧਰ ਨੂੰ ਚੰਗਾ ਕੀਤਾ ਜਾਵੇ ਸਾਡੇ ਜੀਵਨ ਸ਼ੈਲੀ ਨੂੰ ਸਖਾਲਾ ਕੀਤਾ ਜਾਵੇ ਤੇ ਉਹ ਕਰਨ ਦੀ ਬਜਾਏ ਅਸੀਂ ਤਾਂ ਹੋਰ ਕਿਤੇ ਨਾ ਕਿਤੇ ਦਲਦਲ ਦੇ ਵਿੱਚ ਹੀ ਧਸੇ ਜਾ ਰਹੇ ਆ ਅਸੀਂ ਜੇ ਅੱਜ ਅੱਜ ਪੰਜਾਬ ਦੇ ਨੌਜਵਾਨ ਜੇ ਡਰੱਗਸ ਦੇ ਵਿੱਚ ਜਾਣਗੇ ਜਿਉ ਡਰੱਗਸ ਵੇਚ ਵੀ ਰਹੇ ਐ ਉਹ ਡਰੱਗਸ ਨਹੀਂ ਵੀ ਕਰ ਰਹੇ ਤਾਂ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਉਹਨਾਂ ਦੀ ਆਉਣ ਵਾਲੀ ਪੀੜ੍ਹੀ ਉਸੇ ਡਰੱਗਸ ਦੇ ਨਾਲ ਮਰੂਗੀ ਤਾਂ ਇਹ ਸਾਡੇ ਲਈ ਫਿਕਰਮੰਦ ਆ ਪੰਜਾਬ ਦੇ ਲਈ ਤੇ ਪੰਜਾਬ ਸਰਕਾਰ ਨੂੰ ਵੀ ਤੇ ਕੈਨੇਡਾ ਦੇ ਵਿੱਚ ਵੀ ਯੂਐਸ ਦੇ ਵਿੱਚ ਵੀ ਜਿੱਥੇ ਵੀ ਪੰਜਾਬੀ ਲੋਕ ਬੈਠੇ ਨੇ ਜਿੱਥੇ ਵੀ ਪੰਜਾਬੀ ਲੋਕ ਵੱਡੇ ਅਹੁਦਿਆਂ ਤੇ ਬੈਠੇ ਨੇ ਸਰਕਾਰਾਂ ਦੇ ਵਿੱਚ ਬੈਠੇ ਨੇ ਮਿਨਿਸਟਰਸ ਬਣੇ ਹੋਏ ਨੇ ਉੱਥੇ ਉਹਨਾਂ ਨੂੰ ਇਹ ਕਦਮ ਤਾਂ ਚੱਕਣਾ ਚਾਹੀਦਾ ਕਿ ਇਹੋ ਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਵੀ ਲੋਕ ਇਹਦੇ ਵਿੱਚ ਇਨਵੋਲਵ ਨੇ ਜਿਹੜੇ ਲੋਕਾਂ ਨੂੰ ਮਾੜੇ ਰਾਹ ਪਾ ਰਹੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸੋ ਚਲਦੇ ਹਾਂ ਸਰ ਨੈਕਸਟ ਸੈਗਮੈਂਟ ਵੱਲ ਦੇਖ ਲੈਂਦੇ ਆ ਅੱਜ ਦੀਆਂ ਮੇਨ ਹੈਡਲਾਈਨਸ ਜੀ ਦੇਲਜੀਤ ਐਨਾਥ ਡਾਕਟਰ ਕਹਦਾ ਸੀ ਕੈਦੀਆਂ ਨੂੰ ਨਸ਼ਾ ਸਪਲਾਈ 100 ਗ੍ਰਾਮ ਹੈਰੋਇਨ ਸਣੇ ਕਾਬੂ ਅਮ੍ਰਿਤਸਰ ਕੇਂਦਰੀ ਜੇਲ੍ਹ ਦੇ ਮੈਡੀਕਲ ਅਫਸਰ ਨੂੰ ਕੈਦੀਆਂ ਨੂੰ ਕਥਿਤ ਤੌਰ ਉਤੇ ਨਸ਼ੀਲੇ ਪਦਾਰਥ ਸਪਲਾਈ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ 'ਤੇ ਕਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 194 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਕੈਦੀਆਂ ਨੂੰ ਡਾਕਟਰ ਹਿਰੋਇਨ ਸਪਲਾਈ ਕਰ ਰਿਹਾ ਸੀ, ਉਨ੍ਹਾਂ ਵਿੱਚੋਂ ਇੱਕ ਕਤਲ ਦੇ ਇੱਕ ਮਾਮਲੇ 'ਚ ਪਿਛਲੇ 14 ਸਾਲਾਂ ਤੋਂ ਜੇਲ੍ਹ 'ਚ ਬੰਦ ਹੈ ਅਤੇ ਦੂਜੇ ਕੈਦੀ 'ਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਹੈ। ਜੇਲ੍ਹ ਪ੍ਰਸ਼ਾਸਨ ਨੇ ਦੋ ਕੈਦੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਡਾਕਟਰ ਐਨਾ ਕਹਦੀਆਂ ਨੂੰ ਨਸ਼ੇ ਸਪਲਾਈ ਕਰਦਾ ਸੀ ਬਾਅਦ ਵਿੱਚ ਉਹਨਾਂ ਨੂੰ ਅਗਲੇਰੀ ਜਾਂਚ ਲਈ ਸਪੈਸ਼ਲ ਟਾਸਕ ਫੋਰਸ ਨੂੰ ਸੌਂਪ ਦਿੱਤਾ ਗਿਆ ਹੈ اے ਆਈ ਜੀ ਐਸਟੀਐਫ ਰਸ਼ਪਾਲ ਸਿੰਘ ਨੇ ਦੱਸਿਆ ਕਿ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਜੇਲ੍ਹ ਪ੍ਰਸ਼ਾਸਨ ਨੇ ਡਾਕਟਰ ਦਵਿੰਦਰ ਕੋਲੋਂ 100 ਗ੍ਰਾਮ ਹਿਰੋਇਨ ਜਦਕਿ ਉਸਦੇ ਸਾਥੀ ਕੋਲੋਂ 94 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ ਦਸਣਯੋਗ ਹੈ ਕਿ ਕਰੀਬ 2 ਹਫ਼ਤੇ ਪਹਿਲਾਂ ਅੰਮ੍ਰਿਤਸਰ ਐਸਟੀਐਫ ਨੇ ਤਰਨਤਾਰਨ ਦੀ ਗੋਇੰਦਵਾਲ ਸਾਹਿਬ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੂੰ ਉਸਦੇ 6 ਸਾਥੀਆਂ ਸਮੇਤ ਨਸ਼ੀਲੇ ਪਦਾਰਥ ਅਤੇ ਮੋਬਾਈਲ ਮੁਹੱਈਆ ਕਰਵਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ ਹਿੱਟ ਐਂਡ ਰਨ ਦੇ ਸਭ ਤੋਂ ਵੱਧ ਮਾਮਲੇ ਲੁਧਿਆਣਾ ਵਿੱਚ 222 ਲੋਕਾਂ ਦੀ ਜਾਨ ਗਈ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਤਾਜ਼ਾ ਰਿਪੋਰਟ ਅਨੁਸਾਰ ਸਾਲ 2021 ਵਿੱਚ ਪੰਜਾਬ ਦੇ ਲੁਧਿਆਣਾ ਵਿੱਚ ਸੜਕ ਹਾਦਸਿਆਂ ਕਾਰਨ 409 ਲੋਕਾਂ ਦੀ ਮੌਤ ਹੋ ਗਈ ਹੈ ਇਹਨਾਂ ਵਿੱਚੋਂ 94% ਤੋਂ ਵੱਧ ਮੌਤਾਂ ਹਿੱਟ ਐਂਡ ਰਨ ਦੀਆਂ ਘਟਨਾਵਾਂ ਕਾਰਨ ਹੋਈਆਂ ਹਨ ਇਨਾ ਕਟਨਾਮਾ ਵਿੱਚ ਓਵਰ ਸਪੀਡ ਗੱਡੀ ਚਲਾਉਣ ਇੱਕ ਹੋਰ ਕਾਰਨ ਸੀ ਇੱਥੇ ਅਹਿਮ ਗੱਲ ਇਹ ਹੈ ਕਿ ਹਿੱਟਨ ਰਨ ਕੇਸ ਦੇ ਕਈ ਮੁਲਜ਼ਮ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ ਪੁਰਾਣਾ ਕਰਜ਼ਾ ਮੋੜਨ ਲਈ ਮਾਨ ਸਰਕਾਰ ਨੇ 6 ਮਹੀਨਾ ਚ ਲਿਆ 11464 ਕਰੋੜ ਦਾ ਕਰਜ਼ਾ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਆਪਣੇ ਸ਼ਾਸਨ ਦੇ ਪਹਿਲੇ 6 ਮਹੀਨਿਆਂ ਵਿੱਚ 11464 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਇਹ ਚਾਲੂ ਵਿੱਤੀ ਸਾਲ ਲਈ ਇਸ ਦੇ ਟੀਚਰ ਦਾ 48% ਹੈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਥਕ ਜਥੇਬੰਦੀਆਂ ਅਕਾਲੀ ਦਲ ਦਾ ਮਾਰਗਦਰਸ਼ਨ ਕਰਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਪੰਥਕ ਸੰਸਥਾਵਾਂ ਦੀ ਰਾਖੀ ਵਾਸਤੇ ਅਕਾਲੀ ਦਲ ਦਾ ਮਾਰਗਦਰਸ਼ਨ ਕਰਨ ਕਿਉਂਕਿ ਮਾੜੇ ਅੰਸਰ ਸਿੱਖ ਕੌਮ ਨੂੰ ਵੰਡਣਾ ਚਾਹੁੰਦੇ ਹਨ ਇੱਥੇ ਸ਼੍ਰੀ ਦਰਬਾਰ ਸਾਹਿਬ ਵਿੱਚ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਵਰੇਗਣ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਿੱਖ ਕੌਮ ਨੂੰ ਇਹ ਵੀ ਅਪੀਲ ਕੀਤੀ ਕਿ ਸਾਰੇ ਇੱਕ ਝੂਠ ਹੋਣ ਅਤੇ ਪੰਥ ਤੇ ਇਸ ਦੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀਆਂ ਇੱਛੁਕ ਪੰਥ ਵਿਰੋਧੀ ਤਾਕਤਾਂ ਦੀ شناਕਤ ਕਰਕੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ। ਸਵੇਰ ਸੰਸਰ ਅੱਜ ਦੀਆਂ ਕੁਝ ਮੁੱਖ ਖਬਰਾਂ। ਅੱਜ ਦੀ ਸਰਕਾਰੀ ਖਬਰ ਦੇ ਵਿੱਚ ਕੀ ਖਾਸ ਹੈ? ਪੜ੍ਹਦੇ ਹਾਂ ਜੀ। ਫਾਜ਼ਲਕਾ ਜ਼ਿਲ੍ਹੇ ਦੇ ਪਿੰਡਾਂ 'ਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਕੀਤੀ ਜਿੰਪਾ ਫਾਜ਼ਲਕਾ ਜ਼ਿਲ੍ਹੇ ਦੇ ਪਿੰਡ ਦੋਨਾ ਨਾਨਕਾ, ਤੇਜਾ ਰੋਹਿਲਾ ਅਤੇ ਚੱਕ ਰੋਹਿਲਾ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਕਰ ਦਿੱਤੀ ਗਈ ਹੈ। ਇਨ੍ਹਾਂ ਪਿੰਡਾਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਕਾਫੀ ਦਿੱਕਤ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੂੰ ਇਨ੍ਹਾਂ ਪਿੰਡਾਂ ਦਾ ਦੌਰਾ ਕਰਕੇ ਜਲਦ ਹੱਲ ਕੱਢਣ ਦੇ ਨਿਰਦੇਸ਼ ਦਿੱਤੇ ਸਨ। ਬ੍ਰਹਮਸ਼ੰਕਰ ਜਿੰਪਾ ਨੇ ਜੁਲਾਈ ਮਹੀਨੇ ਦੇ ਆਖਰੀ ਹਫ਼ਤੇ ਇਨ੍ਹਾਂ ਪਿੰਡਾਂ ਦਾ ਦੌਰਾ ਕੀਤਾ ਸੀ ਅਤੇ ਪਿੰਡ ਵਾਸੀਆਂ ਵੱਲੋਂ ਦੱਸੀਆਂ ਮੁਸ਼ਕਲਾਂ ਦਾ ਹੱਲ ਕਰਦਿਆਂ ਹੁਣ ਇਹਨਾਂ ਪਿੰਡਾਂ ਵਿੱਚ ਸਾਫ਼ ਪਾਣੀ ਦੀ ਸਪਲਾਈ ਹੋ ਰਹੀ ਹੈ। ਜ਼ਿਆਦਾ ਜਾਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮਸ਼ੰਕਰ ਜੰਪਾ ਨੇ ਦੱਸਿਆ ਕਿ ਦੋਨਾਂ ਨਾਨਕਾ ਤੇਜਾ ਰੋਹਿਲਾ ਅਤੇ ਚੱਕ ਰੋਹਿਲਾ ਪਿੰਡਾਂ ਦੇ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਸੀ। ਉਹਨਾਂ ਮੁੱਖ ਮੰਤਰੀ ਵੱਲੋਂ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਇਹਨਾਂ ਪਿੰਡਾਂ ਦਾ ਦੌਰਾ ਕੀਤਾ ਅਤੇ ਸਾਫ਼ ਪਾਣੀ ਦੀ ਸਪਲਾਈ ਲਈ ਇਹਨਾਂ ਪਿੰਡਾਂ ਵਿੱਚ RO ਪਲਾਂਟ ਸਥਾਪਿਤ ਕਰਨ ਲਈ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ। ਹੁਣ ਇਹਨਾਂ ਪਿੰਡਾਂ ਵਿੱਚ ਆਰਓ ਸਥਾਪਿਤ ਕਰ ਦਿੱਤੇ ਗਏ ਹਨ ਅਤੇ ਵਾਟਰ ਵਰਕਸ ਤੋਂ ਵੀ ਪਾਣੀ ਦੀ ਲੋੜਿੰਦੀ ਸਪਲਾਈ ਕੀਤੀ ਜਾ ਰਹੀ ਹੈ। ਹਮ ਸਰ ਜਿੱਥੇ ਅਸੀਂ ਪੰਜਾਬ ਦੀ ਗ੍ਰੋਥ ਤੇ ਡਿਵੈਲਪਮੈਂਟ ਦੀ ਗੱਲ ਕਰਦੇ ਆ ਇਨਵੈਸਟਮੈਂਟ ਦੀ ਗੱਲ ਕਰਦੇ ਆ ਉੱਥੇ ਜਿਹੜੀ ਬੇਸਿਕ ਰਿਕੁਆਇਰਮੈਂਟ ਹੈ ਸਾਫ਼ ਪਾਣੀ ਉਹ ਵੀ ਕੁਝ ਕੁ ਪਿੰਡਾਂ ਤੱਕ ਨਹੀਂ ਪਹੁੰਚ ਰਿਹਾ। ਦੇਖੋ ਜੀ ਸਮੱਸਿਆ ਤਾਂ ਹੈ ਹੀ ਐ ਅਸੀਂ ਪਹਿਲਾਂ ਵੀ ਕਈ ਪ੍ਰੋਗਰਾਮਾਂ 'ਚ ਗੱਲ ਕੀਤੀ ਹੈ ਕਿ ਪਾਣੀ ਪੰਜਾਬ ਦਾ ਜਿਹੜਾ ਉਹ ਵੱਡਾ ਮਸਲਾ ਬਣਦਾ ਜਾ ਰਿਹਾ ਹੈ। ਤੇ ਪੰਜਾਬ ਦੇ ਵਿੱਚ ਪਾਣੀ ਦਾ ਮਸਲਾ ਬਣਨਾ ਬਹੁਤ ਹੈਰਾਨੀਜਨਕ ਹੈ ਕਿਉਂਕਿ ਉਹੀ ਜਗ੍ਹਾ ਉਹੀ ਥਾਂ ਹੈ ਜਿੱਥੇ ਹਰ ਥਾਂ ਤੇ ਪੀਣ ਵਾਲਾ ਪਾਣੀ ਸੀ ਸਾਫ਼ ਪਾਣੀ ਸਾਫ਼ ਮਿੱਟੀ ਸਾਫ਼ ਹਵਾ ਇਹ ਪੰਜਾਬ ਦੀ ਨਿਸ਼ਾਨੀ ਹੁੰਦੀ ਸੀ ਹਾਂ ਤਾਂ ਹੀ ਪੰਜਾਬ ਨੂੰ ਸੋਨੇ ਦੀ ਚੜੀ ਕਿਹਾ ਜਾਂਦਾ ਸੀ ਕਿ ਇੱਥੋਂ ਦੀ ਧਰਤੀ ਹੈ ਜਿਹੜੀ ਉਹ ਸੋਨੇ ਰੰਗੀ ਸੀ ਹਾਂ ਜੇ ਗੱਲ ਕਰੀਏ ਹਿਸਟੋਰੀయన్స్ ਦੀ ਤਾਂ ਅਲ-ਬਰੂਨੀ ਇਬਨ ਬਤੂਤਾ ਜਦੋਂ ਇਹੋ ਜਿਹੇ ਲੋਕ ਇੱਥੇ ਪਹੁੰਚੇ ਆ ਪੰਜਾਬ ਦੇ ਵਿੱਚ ਤਾਂ ਪੰਜਾਬ ਨੂੰ ਉਹਨਾਂ ਨੇ ਦੇਖਿਆ ਉਹਨਾਂ ਨੇ ਪੰਜਾਬ ਦੀ ਮਿੱਟੀ ਪੰਜਾਬ ਦੀ ਆਬੋ ਹਵਾ ਨੂੰ ਦੇਖਿਆ ਤੇ ਉਹਨਾਂ ਨੇ ਹੀ ਲੋਕਾਂ ਨੇ ਕਿਹਾ ਕਿ ਵਾਹ ਇਹ ਸੋਨੇ ਦੀ ਧਰਤੀ ਹੈ ਤੇ ਉਸੇ ਧਰਤੀ ਤੇ ਅੱਜ ਪਾਣੀ ਖਰਾਬ ਹੋ ਗਿਆ ਹੂੰ ਇਹ ਹੈਰਾਨੀਜਨਕ ਹੈ ਤੇ ਇਹਦੇ ਲਈ ਸਾਡੀਆਂ ਸਰਕਾਰਾਂ ਸਾਡੇ ਸਾਰੇ ਸ਼ਾਸਕ ਉਹ ਜ਼ਿੰਮੇਦਾਰ ਨੇ ਤੇ ਅੱਜ ਜਿਹੜੇ ਵੀ ਪਿੰਡਾਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਹੈ ਉਹਦੇ ਲਈ ਸਰਕਾਰ ਆਰੋਤਾ ਲਗਾਵੇ ਲਗਾਵੇ ਇਹ ਦੇਖੋ ਇਹ ਤਾਂ ਕਰਨਾ ਹੀ ਪੈਣਾ ਹੈ ਕਿਉਂਕਿ ਇਹਦੇ ਲਈ ਅਸੀਂ ਬਿਮਾਰੀਆਂ ਦਾ ਸ਼ਿਕਾਰ ਹੋਏ ਹਾਂ ਹੁਣ ਤੱਕ ਸਾਡੇ ਪੰਜਾਬ ਦੇ ਲੋਕ ਕਿੰਨੇ ਟ੍ਰੇਨਾਂ ਭਰ-ਭਰ ਕੇ ਬੀਕਾ ਨੇਰ ਤੱਕ ਗਏ ਐ ਉਹ ਸਿਰਫ ਕੈਂਸਰ ਦਾ ਇਲਾਜ ਕਰਵਾਉਣ ਲਈ ਜੀ ਅਸੀਂ ਪਾਣੀ ਖਰਾਬ ਕਰ ਲਏ ਅਸੀਂ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਫਸਲਾ ਵਧਾਉਣ ਦੇ ਚੱਕਰ ਦੇ ਵਿੱਚ ਅਸੀਂ ਜ਼ਮੀਨਾਂ ਖਰਾਬ ਕਰ ਲਈਆਂ ਪਾਣੀ ਖਰਾਬ ਕਰ ਲਏ ਆਪਦੀਆਂ ਸੇਤਾਂ ਖਰਾਬ ਕਰ ਲਈਆਂ ਤੇ ਉਹ ਹੁਣ ਪਾਣੀ ਦਾ ਸਾਫ਼ ਇਹ ਤਾਂ ਜ਼ਰੂਰਤ ਹੈ ਹੀ ਹੈ ਹੂੰ ਜ਼ਰੂਰਤ ਨਾਲ ਇਹ ਵੀ ਹੈ ਕਿ ਉਹ ਪਾਣੀ ਨੂੰ ਜਿਹੜਾ ਗੰਦਲਾ ਕੀਤਾ ਹੈ ਉਹਨੂੰ ਸਾਫ਼ ਕਰਨ ਦੀ ਵੀ ਜ਼ਿੰਮੇਵਾਰੀ ਚੱਕੀਏ ਜੀ ਜਿਹੜੀ ਮਿੱਟੀ ਗੰਦਲੀ ਕੀਤੀ ਆ ਉਹਨੂੰ ਵੀ ਸਾਫ਼ ਕਰਨ ਦੀ ਜ਼ਿੰਮੇਵਾਰੀ ਚੱਕੀਏ ਤੇ ਰੇਹਾਂ ਸਪਰੇਹਾਂ ਦੀ ਫਸਲ ਹੈ ਜਿਹੜੀ ਉਹਨੂੰ ਨਾ ਕਰੀਏ ਤੇ ਲੋਕਾਂ ਨੂੰ ਐਜੂਕੇਟ ਕਰੀਏ ਕਿ ਅਸੀਂ ਹੋਰ ਵੀ ਕਿਹੜੇ ਰਾਹ ਨੇ ਸਾਡੇ ਕੋਲ ਕਿ ਜਿੰਨਾ ਰਾਹਾਂ ਤੇ ਤੁਰ ਕੇ ਅਸੀਂ ਕਮਾਈ ਕਰ ਸਕਦੇ ਆ ਬਿਲਕੁਲ ਤੇ ਅਸੀਂ ਆਪਦੀਆਂ ਫਸਲਾਂ ਦੇ ਚੱਕਰ ਤੇ ਪਾਣੀ ਨੂੰ ਬਚਾਉਣ ਲਈ ਇਹ ਸਾਰੀਆਂ ਚੀਜ਼ਾਂ ਨੂੰ ਬਦਲਣਾ ਪਊਗਾ ਤੇ ਸਰਕਾਰ ਨੂੰ ਵੇਦੇ ਲਈ ਕੰਮ ਕਰਨਾ ਚਾਹੀਦਾ ਜੀ ਸੋ ਅੱਜ ਦੇ ਐਪੀਸੋਡ ਦਾ ਕਨਕਲੂਜਨ ਸਰ ਖਬਰਾਂ ਵਿੱਚੋਂ ਖਬਰ ਸੁਣੀ ਖਬਰ ਬੜੀ ਹੀ ਮਾੜੀ ਖੌਰੇ ਕੀਨੇ ਅੱਗ ਲਾ ਕੇ ਅਕਲ ਪੰਜਾਬ ਦੀ ਸਾੜੀ ਕੌਣ ਨਵੀਆਂ ਪੀੜ੍ਹੀਆਂ ਨੂੰ ਪੰਜਾਬ ਚੋਂ ਕੱਢ ਕੇ ਲੈ ਗਏ ਕਿਉਂ ਪੰਜਾਬੀ ਨੌਜਵਾਨ ਨਸ਼ਿਆਂ ਜੋਗੇ ਰਹਿ ਗਏ ਕਿਉਂ ਪੰਜਾਬੀ ਨੌਜਵਾਨ ਨਸ਼ਿਆਂ ਜੋਗੇ ਰਹਿ ਗਏ ਬਹੁਤ ਖੂਬ ਸਰ ਸੋ ਖਬਰਾਂ ਵਿੱਚੋਂ ਖਬਰ ਦੇ ਹੋਰ ਐਪੀਸੋਡ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਦੇਖਦੇ ਰਹੋ ਖਬਰਾਂ ਵਿੱਚੋਂ ਖਬਰ ਸਸ਼ਕਾ